ਇਹ ਪ੍ਰੈਸ ਦੇ ਮਾਧਿਅਮ ਤੁਹਾਡੇ ਮਾਧਿਅਮ ਦੇ ਜ਼ਰੀਏ ਪਤਾ ਲੱਗਦਾ ਹੈ, ਪਰ ਮੈਂ ਟਿਕਟ ਤਾਂ ਮੰਗੀ ਨਹੀਂ ਹਲੇ। ਜੋ ਪਾਰਟੀ ਫੈਸਲਾ ਨਿਰਣੇ ਲਊਗੀ ਤਾਂ ਫਿਰ ਮਸਤਕ ਹੈ ਸਾਡੇ ਲਈ। ਜੋ ਪਾਰਟੀ ਦਾ ਆਦੇਸ਼ ਹੋ ਹੁਕਮ ਹੋਊਗਾ, ਜਿਵੇਂ ਪਾਰਟੀ ਚਾਹੇਗੀ, ਅਸੀਂ ਉਸ ਪਾਰਟੀ ਦੇ ਨਾਲ ਖੜ੍ਹੇ ਹਾਂ। ਔਰ ਮੇਰੇ ਖਿਆਲ ਜੱਦੀ ਤੌਰ 'ਤੇ ਕਾਂਗਰਸੀ ਟੱਬਰ ਹੈ, ਤਾਂ ਜਿਵੇਂ ਪਾਰਟੀ ਕਹੇਗੀ ਤਾਂ ਕਰਾਂਗੇ। ਦੇਖੋ, ਨਾਭਾ ਸਾਡੇ ਬਜ਼ੁਰਗਾਂ ਨੇ ਸੇਵਾ ਕੀਤੀ ਹੈ, ਔਰ ਉਸ ਤੋਂ ਬਾਅਦ ਸਾਨੂੰ ਵੀ ਮੌਕਾ ਨਾਭੇ ਦੇ ਲੋਕਾਂ ਨੇ ਦਿੱਤਾ। ਜਿੱਥੇ ਤੱਕ ਸਵਾਲ ਹੈ ਨਾਭੇ ਦਾ, ਜਿਵੇਂ ਨਾਭੇ ਦੇ ਲੋਕ ਚਾਹਣਗੇ, ਅਸੀਂ ਨਾਭੇ ਨਾਲ ਖੜ੍ਹੇ ਰਹੇ ਹਾਂ, ਖੜ੍ਹੇ ਰਹਾਂਗੇ। ਤੁਸੀਂ ਚਾਹ ਪਾਣਾ ਹੈਗਾ ਸਰ? ਮੈਂ ਤਾਂ ਹਾਲੇ ਤੱਕ ਅਪਲਾਈ ਨਹੀਂ ਕੀਤਾ। ਮੈਂ ਤੁਹਾਨੂੰ ਆਪ ਦੱਸਿਆ, ਪਿਛਲੀ ਵਾਰ ਮੰਗ ਕੀਤੀ ਸੀ ਟਿਕਟ ਦੀ, ਕਹਿ ਦਿਓ ਉਦੋਂ ਪਰਨੀਤ ਕੌਰ ਨੂੰ ਟਿਕਟ ਦਿੱਤੀ ਗਈ। ਸਰ, ਤੁਸੀਂ ਪਾਰਟੀ ਦੇ ਹੁਕਮ ਦੀ ਗੱਲ ਕੀਤੀ ਹੈ, ਜੇਕਰ ਪਾਰਟੀ ਯੈਸ ਕਰਦੀ ਹੈ ਤਾਂ ਤਿਆਰੀ ਹੈ ਤੁਹਾਡੀ? ਜੇ ਗਾਂ ਦੇ ਦੁੱਧ ਹੋਊਗੀ ਲੱਸੀ ਰਿੜਕ ਲਾਂਗੇ। ਜੋ ਕਿਸਾਨੀ ਮੂਵਮੈਂਟ ਚੱਲ ਰਿਹਾ, ਕਿਸ ਤਰ੍ਹਾਂ ਵਾਚ ਕਰਦੇ ਹੋ? ਦੇਖੋ, ਇਹ ਮਹਿਕਮਾ ਮੇਰੇ ਕੋਲ ਪਹਿਲਾਂ ਰਿਹਾ ਹੈਗਾ, ਔਰ ਮੈਨੂੰ ਬੜਾ ਫਖਰ ਹੈ ਕਿ ਸਾਡੇ ਪੰਜਾਬ ਦੇ ਕਿਸਾਨ ਨੇ ਤਕਰੀਬਨ 407 ਸ਼ਹਾਦਤਾਂ ਪੰਜਾਬ 'ਚੋਂ ਹੋਈਆਂ, ਲਗਭਗ 700 ਕਿਸਾਨ ਵੀਰ ਸਾਡੇ ਦੇਸ਼ ਦੇ ਸ਼ਹੀਦ ਹੋਏ, ਔਰ ਉਹ 407 ਨੂੰ ਬਕਾਇਦਾ ਖੇਤੀਬਾੜੀ ਮਹਿਕਮੇ 'ਚ ਅਸੀਂ, ਚਾਹੇ ਉਹ ਮਾਸੂਮ ਜ਼ਿੰਦਗੀਆਂ ਸੀ, ਵਾਪਸ ਨਹੀਂ ਲਿਆ ਸਕੇ। ਲੇਕਿਨ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਸਹਾਰੇ ਦੇ ਰੂਪ 'ਚ ਕਾਂਗਰਸ ਪਾਰਟੀ ਵੱਲੋਂ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇ ਸਾਧਨ ਦਿੱਤੇ ਗਏ, ਤਾਂ ਕਿ ਉਹ ਰੁਜ਼ਗਾਰ ਮਿਲ ਸਕੇ ਔਰ ਆਪਣੇ ਟੱਬਰਾਂ ਨੂੰ ਪਾਲਣ ਪੋਸ਼ਣ ਕਰ ਸਕਣ। ਔਰ ਮੈਨੂੰ ਬੜਾ ਫਖਰ ਹੋਇਆ ਕਿ ਅਸੀਂ ਉਸ ਦੇ ਹਿੱਸਾ ਬਣ ਸਕੇ, ਔਰ ਉਹਨਾਂ ਦੀ ਜ਼ਿੰਦਗੀਆਂ 'ਚ ਸਵਾਰਨ ਲਈ ਅਸੀਂ ਸਾਧਨ ਬਣ ਸਕੇ। ਔਰ ਜਿੱਥੇ ਤੱਕ ਸਵਾਲ ਹੈ, ਸਰਕਾਰਾਂ ਤਬਦੀਲ ਹੁੰਦੀਆਂ ਰਹਿੰਦੀਆਂ ਹਨਗੀਆਂ, ਲੇਕਿਨ ਆਪਣੇ ਪੰਜਾਬ ਦੀ 54 ਕਿਸਾਨ ਸੰਗਠਨ ਹਨਗੇ, ਦੇਸ਼ ਦੇ ਕਾਫੀ ਸੰਗਠਨ ਹੋਰ ਨਾਲ ਜੁੜ ਕੇ ਲਗਭਗ 200 ਦੇ ਲਗਭਗ ਸੰਗਠਨ ਬਣ ਜਾਂਦੇ ਹਨ। ਔਰ ਉਦੋਂ ਪ੍ਰਭਾਵ ਵੀ ਸੀਗਾ ਇਹਨਾਂ ਦਾ, ਅਸਰ ਵੀ ਸੀਗਾ, ਔਰ ਅਸੀਂ ਬੜੇ ਉਹਨਾਂ ਨੂੰ ਨਾਲ ਸਾਥ ਦੇ ਤਹਿਤ ਲੈ ਕੇ ਚੱਲੇ, ਤਾਂ ਕਿ ਅਸੀਂ ਕਿਸਾਨੀਅਤ ਨੂੰ ਹੰਗਾਰਾ ਭਰ ਸਕੀਏ, ਉਹਨਾਂ ਨੂੰ ਰਾਹਤ ਦੇ ਸਕੀਏ। ਜਿਹੜਾ ਪੰਜਾਬ ਦਾ ਵਜੂਬ ਹੈ ਜਾਂ ਪਛਾਣ ਹੈ, ਸਾਡੀ ਕਿਸਾਨੀਅਤ ਹੈ। ਔਰ ਅੱਜ ਜਿਹੜਾ ਉਹਨਾਂ ਨਾਲ ਵਾਪਰ ਰਹੀ ਹੈ, ਅਣਹੋਣੀ ਵਾਪਰ ਰਹੀ ਹੈ, ਚਾਹੇ ਭਾਜਪਾ ਸਰਕਾਰ ਦੇ ਦੀ, ਬੜੀ ਮਨਭਾਗੀ ਗੱਲ ਹੈ। ਕਿਉਂਕਿ ਹਿੰਦੁਸਤਾਨ ਨੂੰ ਜੇ ਆਰਥਿਕ ਤੌਰ 'ਤੇ ਰਾਹਤ ਜਾਂ ਮਜ਼ਬੂਤੀ ਦਿੱਤੀ ਹੈ, ਤਾਂ ਪੰਜਾਬ ਦਾ ਕਿਸਾਨ ਦਾ ਬਹੁਤ ਵੱਡਾ ਯੋਗਦਾਨ ਹੈ। ਅਤੇ ਕਿਤੇ ਨਾ ਕਿਤੇ ਮੈਂ ਮਹਿਸੂਸ ਕਰਦਾ, ਤੁਹਾਡੇ ਮਾਧਿਅਮ ਦੇ ਜ਼ਰੀਏ ਬੇਨਤੀ ਵੀ ਕਰੂੰਗਾ ਖੱਟਰ ਸਾਹਿਬ ਨੂੰ, ਕਿ ਇੰਨਾ ਧੱਕਾ ਨਹੀਂ ਕਰਨਾ ਚਾਹੀਦਾ ਜ਼ਿੰਦਗੀ 'ਚ। ਜਿੱਥੇ ਹਰਿਆਣਾ ਵੀ ਸਾਡਾ ਭਾਗ ਰਿਹਾ ਹੈ, ਅਸੀਂ ਬਕਾਇਦਾ ਅੰਨਦਾਤਾ ਦੇਸ਼ 'ਤੇ ਰਹੇ ਹਾਂ, ਔਰ ਹਰਿਆਣਾ ਵੀ ਉਸ ਹਿੱਸੇਦਾਰ ਰਿਹਾ। ਜੇ ਆਪਾਂ ਆਪਣੇ ਕਿਸਾਨ ਨੂੰ ਹੀ ਠੋਕਰ ਮਾਰਨੀ ਸ਼ੁਰੂ ਕਰ ਦਾਂਗੇ, ਤਾਂ ਸਾਡਾ ਭਵਿੱਖ ਉਜੜ ਜਾਣਾ ਹੈ। ਕਿਉਂਕਿ ਹਿੰਦੁਸਤਾਨ 'ਚ ਮੈਨੂੰ ਯਾਦ ਹੈ, ਇੱਕ ਵੇਲੇ ਨਾਰਾ ਬੁਲੰਦ ਹੋਇਆ ਸੀ, ਜੈ ਜਵਾਨ ਜੈ ਕਿਸਾਨ। ਅੱਜ ਤੁਸੀਂ ਉਹੀ ਜਵਾਨਾਂ ਨੂੰ, ਜਿਹੜੇ ਕਿਸਾਨ ਦੇ ਬੱਚੇ ਹਨਗੇ, ਹਿੰਦੁਸਤਾਨ ਦੇ ਸਰੰਦਾ 'ਤੇ ਬਕਾਇਦਾ ਪਹਿਰੇਦਾਰੀ ਕਰ ਰਹੇ ਹਨਗੇ, ਰਖਵਾਲੀ ਕਰ ਰਹੇ ਹਨ, ਉਹਨਾਂ ਨੂੰ ਤੁਸੀਂ ਉਹਨਾਂ ਦੇ ਸਾਹਮਣੇ ਕਰਕੇ ਗੋਲੀਆਂ ਚਲਾਉਣ ਦਾ ਆਦੇਸ਼ ਕਰਦੇ ਹੋ, ਇਸ ਤੋਂ ਮੰਦਭਾਗੀ ਗੱਲ ਸਾਡੀ ਜਮਹੂਰੀਅਤ ਲਈ ਹੋ ਨਹੀਂ ਸਕਦੀ। ਹਰ ਕਿਸਾਨ ਦੀ ਆਵਾਜ਼ ਸੁਣਨਾ ਦੇਸ਼ ਦੀ ਸਰਕਾਰ ਦਾ ਫਰਜ਼ ਹੈ, ਜ਼ਿੰਮੇਵਾਰੀ ਬਣਦੀ। ਔਰ ਮੈਨੂੰ ਅਫਸੋਸ ਹੋਇਆ, ਕਿਉਂਕਿ ਇਹਨੂੰ ਸਿਆਸੀ ਰੰਗਤ ਨਹੀਂ ਮੈਂ ਦੇਣਾ ਚਾਹੁੰਦਾ, ਮੈਨੂੰ ਆਪ ਮੇਰੇ ਅੱਖਾਂ 'ਚ ਅੰਜੂ ਆ ਜਾਂਦੇ ਜਦ ਸੁਣਦੇ ਹਾਂ, ਕਿਉਂਕਿ ਅਸੀਂ ਵੀ ਕਿਸਾਨ ਪਰਿਵਾਰ ਨਾਲ ਸੰਬੰਧਿਤ ਹਾਂ, ਕਿ ਜੇ ਐਸਾ ਵਿਤਕਰਾ ਸਾਡੇ ਹਿੰਦੁਸਤਾਨ ਦੇ ਕਿਸਾਨ ਨਾਲ ਹੋਊਗਾ, ਉਹ ਵਿਤਕਰਾ ਇਕੱਲੇ ਉਸ ਕਿਸਾਨ ਨਾਲ ਨਹੀਂ ਹੋ ਰਿਹਾ, ਇਹ ਸਾਡੇ ਨਾਲ ਵੀ ਹੋ ਰਿਹਾ। ਤਾਂ ਮੈਂ ਤੁਹਾਡੇ ਮਾਧਿਅਮ ਦੇ ਜ਼ਰੀਏ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਆਪਾਂ ਰਲ ਮਿਲ ਕੇ ਨਾ ਸਾਥ ਦਈਏ, ਔਰ ਜਿਹੜੀ ਉਹਨਾਂ ਨੇ ਮੰਗ ਕੀਤੀ ਹੈ ਪਾਰਟੀ ਪੱਧਰ 'ਤੇ ਉੱਚੇ ਉੱਠ ਕੇ, ਇਹ ਪਾਰਟੀ ਦਾ ਪ੍ਰੋਗਰਾਮ ਨਹੀਂ ਹੈ। ਅਸੀਂ ਸਿਆਸਤ ਅਦਾਰਿਆਂ ਨੂੰ ਬੇਨਤੀ ਕਰਾਂਗੇ ਕਿ ਉਹਨਾਂ 'ਚ
ਭਾਗੇਦਾਰੀ ਨਾ ਬਣਨ ਤਾਂ ਕਿ ਕਿਸਾਨ ਜਿਹੜਾ ਅੰਦੋਲਨ ਹੈ ਉਹ ਮਜ਼ਬੂਤੀ ਪਾ ਸਕੇ, ਦੇਸ਼ ਦੀ ਜਿਹੜੀ ਆਵਾਜ਼ ਹੈ, ਜਿਹੜੀ ਉਹਨਾਂ ਦੀ ਮੰਗ ਹੈ, MSP ਦੀ ਮੰਗ ਹੈ, ਜਿਹੜੀ ਗਰੰਟੀਆਂ ਦਿੱਤੀਆਂ ਗਈਆਂ ਸੀ ਜਦ ਕਿਸਾਨ ਅੰਦੋਲਨ ਚੁੱਕਿਆ ਗਿਆ ਸੀ, ਉਹ ਮੰਗਾਂ ਪੂਰੀਆਂ ਅਤੇ ਸਵਾਮੀਨਾਥਨ ਰਿਪੋਰਟ ਦੀ ਮੰਗ ਕੀਤੀ ਸੀ, ਇਹ ਸਾਰੀ ਲਾਗੂ ਹੋਣੀ ਚਾਹੀਦੀ ਹੈ। ਔਰ ਕੱਲ੍ਹ ਹੀ ਮੈਂ ਸੁਣਿਆ, ਕਿਉਂਕਿ ਸੋਸ਼ਲ ਮੀਡੀਆ 'ਚ ਆਇਆ, ਖੜਗੇ ਸਾਹਿਬ ਨੇ ਵੀ ਐਲਾਨ ਕੀਤਾ ਕਿ ਜੇ ਸਾਡੀ ਸਰਕਾਰ ਇੰਡੀਆ ਦੀ ਬਣਦੀ ਹੈ ਤਾਂ ਅਸੀਂ MSP ਜਿਹੜੀ ਸਵਾਮੀਨਾਥਨ ਦੀ ਮੰਗ ਸੀ ਜਾਂ ਉਹਨਾਂ ਦੀ ਰਿਪੋਰਟ ਸੀ ਉਹਨੂੰ ਅਸੀਂ ਪੂਰੇ ਤੌਰ 'ਤੇ ਅਸੀਂ ਬਕਾਇਦਾ ਮਨਜ਼ੂਰ ਕਰਕੇ ਪਾਸ ਕਰਕੇ ਸਦਨ 'ਚ ਲੋਕਾਂ ਤੱਕ ਰਾਹਤ ਦੇਵਾਂਗੇ। ਸਾਡੇ ਵੀ NI ਦਾ ਇੱਕ ਰਿਪੋਰਟਰ ਉੱਥੇ ਅੱਜ ਤੱਕ ਵਾਲੇ ਉਹਦੇ ਵੀ ਗੋਲੀ ਵੱਜੀ ਹੋਈ ਹੈ ਸ਼ੰਭੂ ਬੈਰੀਅਰ 'ਤੇ। ਤੋ ਜੇ ਆਪਾਂ ਇੱਕ ਜਮਹੂਰੀਅਤ ਨੂੰ ਆਵਾਜ਼ ਬੁਲੰਦ ਕਰਨਾ ਹੱਕ ਨਹੀਂ ਸਮਝਦੇ, ਸਾਡੇ ਦੇਸ਼ 'ਚ ਜਿਹੜੀ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਸੀ, ਦੋ ਦਿਹਾੜੇ ਮਨਾਉਂਦੇ ਹਾਂ, 15 ਅਗਸਤ ਦਾ, 26 ਜਨਵਰੀ ਦਾ, ਜਿਹਦੇ ਵਿੱਚ ਸੰਵਿਧਾਨ ਲਿਖਿਆ ਗਿਆ ਸੀਗਾ ਔਰ 15 ਅਗਸਤ ਜਿਹੜੇ ਸ਼ਹੀਦਾਂ ਨੇ ਸ਼ਹਾਦਤ ਦੇ ਕੇ ਹਿੰਦੁਸਤਾਨ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਰਿਹਾਅ ਕਰਾਇਆ ਸੀ। ਅੱਜ ਉਸੀ ਆਵਾਜ਼ ਨੂੰ ਕਿਤੇ ਨਾ ਕਿਤੇ ਕੁਚਲਣ ਦਾ ਉਪਰਾਲਾ ਕੀਤਾ ਜਾ ਰਿਹਾ, ਉਸੀ ਜਮਹੂਰੀਅਤ ਨੂੰ, ਜਿਹੜੀ ਜਮਹੂਰੀਅਤ ਬਾਬਾ ਸਾਹਿਬ ਅੰਬੇਦਕਰ ਨੇ ਸੰਵਿਧਾਨ ਲਿਖ ਕੇ ਸਾਡੇ ਦੇਸ਼ ਨੂੰ ਦਿੱਤੀ ਸੀ, ਉਹਦੀ ਕਿਤੇ ਨਾ ਕਿਤੇ ਉਹਦੀ ਆਵਾਜ਼ ਨੂੰ ਠੇਸ ਪਹੁੰਚਾਈ ਜਾ ਰਹੀ ਹੈ, ਉਹਨੂੰ ਤਬਦੀਲ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ। ਔਰ ਹਿੰਦੁਸਤਾਨ 'ਚ ਜੇ ਐਸੇ ਉਪਰਾਲੇ ਕਰੇ ਜਾਣਗੇ, ਮੈਂ ਸਮਝਦਾ ਕਿਤੇ ਨਾ ਕਿਤੇ ਅੱਜ ਨਹੀਂ ਕੱਲ੍ਹ ਨਹੀਂ ਪਰਸੋਂ ਆਵਾਜ਼ ਇਹਦੇ ਖਿਲਾਫ਼ ਉੱਠਣੀ ਹੈ। ਤਾਂ ਜ਼ਰੂਰੀ ਹੈ ਜਮਹੂਰੀਅਤ ਨੂੰ ਬਰਕਰਾਰ ਰੱਖਣਾ, ਔਰ ਜਿਹੜੀ ਓਪੋਜੀਸ਼ਨ ਦੀ ਆਵਾਜ਼ ਹੁੰਦੀ ਹੈ ਉਹਨੂੰ ਇੱਕ ਸਮੇਂ ਲੋਕ ਜ਼ਿਆਦਾ ਤਵੱਜੋ ਦਿੰਦੇ ਸੀਗੇ, ਬਕਾਇਦਾ ਉਸ 'ਚ ਸਾਡੀ ਸਰਕਾਰਾਂ ਤੋਂ ਵੀ ਘਾਟਾਂ ਹੋਈਆਂ ਹਨ ਕਿ ਮੈਨੂੰ ਕੋਈ ਇਸ 'ਚ ਕਿਲਤ ਨਹੀਂ ਕਹਿੰਦੇ ਹੋਏ ਔਰ ਮੈਨੂੰ ਕੋਈ ਸੰਕੋਚ ਨਹੀਂ ਕਹਿੰਦੇ ਹੋਏ, ਪਰ ਲੇਕਿਨ ਜੇ ਕਿਸੇ ਤੋਂ ਗਲਤੀ ਹੋਈ ਹੈ ਆਪਾਂ ਦੁਬਾਰਾ ਗਲਤੀਆਂ ਦੁਹਰਾ ਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦਾ ਉਪਰਾਲਾ ਨਾ ਕਰੀਏ, ਕਿਉਂਕਿ ਇਹੀ ਸਾਡੀ ਇੱਕ ਪਛਾਣ ਹੈ ਔਰ ਇਹੀ ਸਾਨੂੰ ਵਿਦੇਸ਼ਾਂ 'ਚ ਇਹਦੇ ਤਹਿਤ ਸਾਨੂੰ ਪੂਜਿਆ ਜਾਂਦਾ ਕਿ ਹਿੰਦੁਸਤਾਨ ਇੱਕ ਇਤਿਹਾਸਿਕ ਤੌਰ 'ਤੇ, ਕਿਉਂਕਿ ਆਬਾਦੀ ਤਹਿਤ ਸਭ ਤੋਂ ਵੱਡੀ ਔਰ ਸਭ ਤੋਂ ਪੁਰਾਣੀ ਜਮਹੂਰੀਅਤ ਹੈ। ਔਰ ਜੇ ਉਹ ਜਮਹੂਰੀਅਤ ਨੂੰ ਅੱਜ ਜਮਹੂਰੀਅਤ ਦਾ ਕਾਂਡ ਹੋਏਗਾ, ਇਸ ਤੋਂ ਮੈਂ ਮਤਲਬ ਸਾਡਾ ਲੋਕਾਂ ਦਾ, ਸਾਡੇ ਤੋਂ, ਰਾਜਨੀਤਿਕ ਲੋਕਾਂ ਤੋਂ ਵਿਸ਼ਵਾਸ ਉੱਠ ਜਾਊਗਾ। ਤੁਸੀਂ ਕਹਿ ਰਹੇ ਹੋ ਸਕਦਾ, ਮੇਰਾ ਖਿਆਲ ਹੈ ਜਿੰਨੀ ਮੇਰੀ ਸਮਝ ਹੈ ਉਹ ਅਕਾਲੀ ਪਾਰਟੀ ਜਾਂ ਭਾਜਪਾ ਪਾਰਟੀ ਜ਼ਿਆਦਾ ਦੱਸ ਸਕਦੀ ਹੈ, ਪਰ ਮੈਂ ਸਮਝ ਹੈ ਅਕਾਲੀ ਪਾਰਟੀ ਜੇ ਭਾਜਪਾ ਨਾਲ ਅਲਾਇੰਸ ਕਰਨਗੇ ਉਹਨਾਂ ਦੇ ਆਪਣੇ ਉਹਨਾਂ ਦਾ ਮੇਰਾ ਖਿਆਲ ਅਖੀਰ 'ਚ ਨੁਕਸਾਨ ਇਸਦਾ ਬਹੁਤ ਜ਼ਿਆਦਾ ਹੋਣਾ, ਕਿਉਂਕਿ 3 ਕਾਲੇ ਕਾਨੂੰਨ ਜਿਹੜੇ ਥੋਪੇ ਗਏ ਸੀਗੇ ਉਹ ਕਿਸਾਨਾਂ ਨਾਲ ਸੰਬੰਧ ਦਿੱਤਾ ਹੈ ਔਰ ਕਿਸਾਨ ਵੀਰ ਹੀ ਵੋਟਾਂ ਅਕਾਲੀਆਂ ਨੂੰ ਜ਼ਿਆਦਾ ਪਾਉਂਦੇ ਸੀਗੇ ਪਹਿਲਾਂ, ਔਰ ਜੇ ਉਹਨਾਂ ਦਾ ਕਾਂਡ ਹੋ ਰਿਹਾ ਹੈ ਔਰ ਉਹਨਾਂ ਨਾਲ ਉਹ ਸਾਥ ਦੇਣਗੇ ਤਾਂ ਇਸ ਦਾ ਨੁਕਸਾਨ ਫਾਇਦਾ ਉਹਨਾਂ ਨੂੰ ਹੀ ਝੱਲਣਾ ਪੈਣਾ। ਕੀ ਲੱਗਦਾ ਹੁਣ ਖੜਨਗੇ ਜੀ ਦਿੱਲੀ ਦੇ ਬਰੂਹਾਂ 'ਤੇ ਜਾ ਕੇ ਜਾਂ ਹੁਣ ਬਾਰਡਰਾਂ 'ਤੇ ਜਾ ਕੇ ਅਕਾਲੀ ਦਲ? ਉਹ ਤਾਂ ਦੇਖੋ, ਮੈਂ ਪਹਿਲਾਂ ਵੀ ਤੁਹਾਨੂੰ ਇਸ 'ਚ ਬੇਨਤੀ ਕੀਤੀ ਹੈ ਕਿ ਰਾਜਨੀਤਿਕ ਸਿਆਸੀ ਅਦਾਰਿਆਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ, ਜ਼ਰੂਰ ਸਮਰਥਨ ਦੇਣਾ ਚਾਹੀਦਾ ਕਿਉਂਕਿ ਇਹ ਸਾਡੀ ਪਛਾਣ ਹੈ ਔਰ ਸਾਡਾ ਇਤਿਹਾਸ ਕਿਸਾਨੀ ਨਾਲ ਜੁੜਿਆ ਹੋਇਆ। ਤਾਂ ਜੇ ਅਸੀਂ ਭਾਗੀਦਾਰੀ ਹਿੱਸੇਦਾਰੀ ਉਸ 'ਚ ਜਾ ਕੇ ਬਣਾਂਗੇ, ਕਿਤੇ ਨਾ ਕਿਤੇ ਕਿਸਾਨ ਅੰਦੋਲਨ 'ਚ ਉਹਨੂੰ ਕਿਤੇ ਨਾ ਕਿਤੇ ਠੇਸ ਪਹੁੰਚੇਗੀ ਔਰ ਸਿਆਸਤ ਤੌਰ 'ਤੇ ਉਹਨੂੰ ਸਿਆਸੀ ਰੰਗਤ ਦੇ ਰੂਪ 'ਚ ਲਿੱਤਾ ਜਾਵੇਗਾ। ਤਾਂ ਸਾਨੂੰ ਸਮਰਥਨ ਉਹਦਾ ਬਾਹਰੋਂ ਰਹਿ ਕੇ ਦੇਣਾ ਚਾਹੀਦਾ, ਜ਼ਰੂਰ ਦੇਣਾ ਚਾਹੀਦਾ। ਹਰ ਪਾਰਟੀ ਦੇ ਨੁਮਾਇੰਦੇ ਨੂੰ ਮੈਂ ਬੇਨਤੀ ਕਰਾਂਗਾ ਕਿ ਆਪਣੀ ਪਾਰਟੀ ਪੱਧਰ 'ਚ ਉੱਤੇ ਉੱਠ ਕੇ ਕਿ ਇਸ ਨੂੰ ਸਮਰਥਨ ਦਿਉ, ਜੋ ਸਹਾਇਤਾ ਦੀ ਲੋੜ ਹੈ ਸਹਾਇਤਾ ਦਿਉ, ਜਿੱਥੇ ਹੋਸਪਿਟਲਾਂ 'ਚ ਉਹਨਾਂ ਦਾ ਇਲਾਜ ਹੋ ਰਿਹਾ ਹੋਸਪਿਟਲਾਂ 'ਚ ਜਾ ਕੇ ਇਲਾਜ ਕਰਾਓ, ਤਾਂ ਕਿ ਗਾਹਾਂ ਨੂੰ ਜਾ ਕੇ ਸਾਡੇ ਕਿਸਾਨ ਕਮਜ਼ੋਰ ਨਾ ਹੋ ਸਕਣ। ਇਹੀ ਸਾਡੀ ਇੱਕ ਪਛਾਣ ਹੈ ਜਿਹੜੀ ਜਿਹਦੇ ਤਹਿਤ ਸਾਡੀ ਪੰਜਾਬ ਦੀ ਇੱਕ ਪਛਾਣ ਬਰਕਰਾਰ ਰਹਿ ਸਕਦੀ ਹੈ।
ਜਿਹੜੇ ਫੱਟੜ ਹੋਏ ਨੇ ਕਿਸਾਨ ਕਾਂਗਰਸ ਵੀ ਚਲੀ ਗਈ, ਆਪ ਪਾਰਟੀ ਦੇ ਨੁਮਾਇੰਦੇ ਜਿਹੜੇ ਅਕਾਲੀ ਦਲ ਤਾਂ ਜੀ ਪਹੁੰਚੇ? ਦੇਖੋ, ਹਮਦਰਦੀ ਦੇ ਰੂਪ ਸਭ ਨੂੰ ਪਹੁੰਚਣਾ ਚਾਹੀਦਾ। ਇਹਨੂੰ ਮੈਂ ਪਹਿਲਾਂ ਹੀ ਕਿਹਾ, ਸਿਆਸੀ ਰੰਗਤ ਨਹੀਂ ਮੈਂ ਦੇਣਾ ਚਾਹੁੰਦਾ। ਇਹਨੂੰ ਬਕਾਇਦਾ ਕਿਸਾਨ ਅੰਦੋਲਨ ਦੇ ਰੂਪ 'ਚ ਹੀ ਰਹਿਣਾ ਚਾਹੀਦਾ, ਕਿਉਂਕਿ ਅਸੀਂ ਜਦ ਬਕਾਇਦਾ ਖੇਤੀ ਮਾੜੀ ਮੰਤਰੀ ਸੀ, ਮੈਂ ਵੀ ਇਹਨਾਂ ਦੇ ਪ੍ਰਭਾਵ ਦੇ ਥੱਲੇ ਆ ਕੇ ਇਹਨਾਂ ਦੀ ਜਿਹੜੀਆਂ ਮੰਗਾਂ ਸੀ ਪੂਰੀਆਂ ਕੀਤੀਆਂ, ਸਾਡੀ ਪਛਾਣ ਬਰਕਰਾਰ ਰਹਿ ਸਕੇ। ਕਿਸਾਨੀਅਤ ਦੇ ਤਹਿਤ ਪੰਜਾਬ ਨੂੰ ਜਾਣਿਆ ਜਾਂਦਾ, ਔਰ ਕਿਸਾਨੀਅਤ ਦੇ ਤਹਿਤ ਹੀ ਪੰਜਾਬ ਨੂੰ ਜੇ ਮਜ਼ਬੂਤੀ ਮਿਲਣੀ ਹੈ ਤਾਂ ਕਿਸਾਨੀਅਤ ਦੇ ਤਹਿਤ ਹੀ ਮਿਲਣੀ ਹੈ। ਤਾਂ ਹਰ ਵਰਗ ਦੀ ਜ਼ਿੰਮੇਵਾਰੀ ਬਣਦੀ ਹੈ ਇਨਸਾਨੀਅਤ ਤੌਰ 'ਤੇ, ਕਿਉਂਕਿ ਕਿਤੇ ਨਾ ਕਿਤੇ ਸਾਡਾ ਸੰਬੰਧ ਕਿਸਾਨੀਅਤ ਨਾਲ ਜੁੜਿਆ ਹੋਇਆ।